ਐਪਲ ਨੇ ਆਈਫੋਨ 15 ਦੀ ਸੀਰੀਜ਼ ਦੇ ਵਿੱਚ ਦੋ ਫੋਨ ਜਿਹੜੇ ਆ ਲਾਂਚ ਕੀਤੇ ਆ ਆਈਫੋਨ 15 ਤੇ ਆਈਫੋਨ 15 ਪਲੱਸ ਪੰਜ ਵੱਖ-ਵੱਖਰੇ ਕਲਰ ਆ ਨਵੇਂ ਰੂਪਾਂ ਦੇ ਵਿੱਚ ਕਲਰ ਆ ਤੇ 14 ਪ੍ਰੋ ਸੀਰੀਜ਼ ਦੇ ਵਿੱਚ ਜਿਹੜੀ ਬੈਕ ਦੇ ਵਿੱਚ ਮੈਟ ਫਿਨਿਸ਼ਿੰਗ ਮਿਲਦੀ ਸੀ ਉਹ ਇਸ ਵਾਰੀ ਤੁਹਾਨੂੰ 15 ਤੇ 15 ਪਲੱਸ ਦੇ ਵਿੱਚ ਮਿਲੂਗੀ ਪਹਿਲੇ ਬਦਲਾ ਦੀ ਗੱਲ ਕਰੀਏ ਤੇ ਆਈਫੋਨ 14 ਪ੍ਰੋ ਦੇ ਵਾਂਗ ਤੁਹਾਨੂੰ ਹੁਣ ਇਹਦੇ ਵਿੱਚ ਡਾਇਨਾਮਿਕ ਆਈਲੈਂਡ ਮਿਲੇਗਾ ਜਿਹਨੂੰ ਆਪਾਂ ਨੋਚ ਵੀ ਕਹਿ ਦਿੰਨੇ ਆ ਤੁਸੀਂ ਨੋਚ ਦੇ ਉੱਪਰੋਂ ਹੀ ਕਾਫੀ ਫੀਚਰ ਜਿਹੜੇ ਆ ਇਹਦੇ ਯੂਜ਼ ਕਰ ਸਕਦੇ ਹੋ ডিসਪਲੇ ਦੀ ਗੱਲ ਕਰੀਏ ਤਾਂ ডিসਪਲੇ ਜਿਹੜੀ ਸੁਪਰ ਡਿਨਾ ਐਕਸ ਡੀ ਆਰ ਆ ਜਿਹਦੇ ਵਿੱਚ OLED ਟੈਕਨੋਲੋਜੀ ਐਪਲ ਨੇ ਯੂਜ਼ ਕੀਤੀ ਆ ਰਿਫਰੈਸ਼ ਰੇਟ ਇਹਦੀ 60 ਹਰਟਜ਼ ਆ ਬਾਕੀ ਜਿਹੜੇ ਫੋਨ ਐ Android ਫੋਨ ਉਹਨਾਂ ਦੇ ਵਿੱਚ ਆਲਮੋਸਟ ਸਾਰੇ ਫੋਨਾਂ ਦੇ ਵਿੱਚ ਜਿਹੜੇ 15 ਤੋਂ 20000 ਦੇ ਉੱਪਰ ਆ ਉਹਨਾਂ ਦੇ ਵਿੱਚ 120 ਹਰਟਜ਼ ਆਉਂਦੀ ਪਰ ਪਤਾ ਨਹੀਂ ਐਪਲ ਨੇ ਅਜੇ ਕਦੋਂ ਲਾਂਚ ਕਰਨੀ ਆ ਚਲੋ ਇਹ ਬਾਅਦ ਦੀਆਂ ਗੱਲਾਂ ਬ੍ਰਾਈਟਨੈਸ ਜਿਹੜੀ ਆਈਫੋਨ 14 ਤੋਂ ਉਹਨਾਂ ਨੇ 2 ਗੁਣਾ ਜ਼ਿਆਦਾ ਕਰਤੀ ਆ। ਹੁਣ ਜਿਹੜੀ ਆਈਫੋਨ 15 ਦੀ ਬ੍ਰਾਈਟਨੈਸ ਆ ਉਹ 2000 ਨਿਟਸ ਤੱਕ ਜਾ ਸਕਦੀ ਆ। ਦੋ ਸਾਈਜ਼ਾਂ ਦੇ ਵਿੱਚ ਤੁਹਾਨੂੰ ਆਈਫੋਨ ਮਿਲੇਗਾ ਜਿਹੜਾ 6.1 ਸਾਈਜ਼ ਆ ਉਹਦੇ ਵਿੱਚ ਤੁਹਾਨੂੰ ਮਿਲੇਗਾ ਆਈਫੋਨ 15 ਤੇ 6.7 ਦੇ ਸਾਈਜ਼ ਦੇ ਵਿੱਚ ਮਿਲੇਗਾ ਤੁਹਾਨੂੰ ਆਈਫੋਨ 15 ਪਲੱਸ। ਐਪਲ ਵਾਲੇ ਕਹਿੰਦੇ ਕਿ ਅਸੀਂ ਜਿਹੜੇ ਆਈਫੋਨ 15 ਨਾਲ ਇਹਦੇ ਵਿੱਚ ਸਿਰਮਿਕ ਸ਼ੀਲਡ ਜਿਹੜੀ ਅਸੀਂ ਯੂਜ਼ ਕੀਤੀ ਆ ਤੇ ਬਾਕੀ ਜਿੰਨੇ ਵੀ ਸਮਾਰਟਫੋਨ ਆ ਨਾ ਉਹਨਾਂ ਦੇ ਨਾਲੋਂ ਇਹ ਗਲਾਸ ਜਿਹੜਾ ਜ਼ਿਆਦਾ ਮਜ਼ਬੂਤ ਆ। ਟੁੱਟਣ ਦਾ ਖਤਰਾ ਕਹਿੰ ਤੇ ਨਾਲ ਦੀ ਨਾਲ ਹੀ ਇਹ ਫੋਨ ਜਿਹੜਾ ਆ ਪਾਣੀ ਤੇ ਧੂੜ ਦਾ ਜਿਹੜਾ ਤੇ ਅਸਰ ਨਹੀਂ ਹੁੰਦਾ ਆਈਫੋਨ 15 ਤੇ ਆਈਫੋਨ 15 ਪਲੱਸ ਦੇ ਵਿੱਚ ਕੈਮਰੇ ਨੂੰ ਵੀ ਅਪਗ੍ਰੇਡ ਕੀਤਾ ਕਹਿੰਦੇ ਕਿ ਜਿਹੜਾ 메ਨ ਕੈਮਰਾ ਇਹਦੇ ਵਿੱਚ ਅਸੀਂ 4 ਗੁਣਾ ਵਧ ਐਨਹਾਂਸਮੈਂਟ ਕੀਤੀ ਹੈ ਤੁਹਾਨੂੰ 48 ਮੈਗਾਪਿਕਸਲ ਦਾ 메ਨ ਕੈਮਰਾ ਮਿਲੇਗਾ ਤੇ ਵਾਈਡ ਐਂਗਲ ਕੈਮਰਾ ਤੁਹਾਨੂੰ ਮਿਲੇਗਾ 12 ਮੈਗਾਪਿਕਸਲ ਦਾ ਹੋਰ ਬਦਲਾਅ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਉਹਨਾਂ ਨੇ ਆਟੋਮੈਟਿਕਲੀ ਫੋਕਸ ਜਿਹੜਾ ਫੀਚਰ ਆ ਉਹ ਕੀਤਾ ਤੁਸੀਂ ਫੋਟੋ ਖਿੱਚੋ ਇਹ ਜਿਹੜਾ ਫੀਚਰ ਹੈ ਆਟੋਮੈਟਿਕਲੀ ਆਬਜੈਕਟ ਨੂੰ ਫੋਕਸ ਕਰੂਗਾ ਤੇ ਉਹ ਜਿਹੜੀਆਂ ਫੋਟੋ मिल ਜਾਣਗੇ ਤੁਹਾਨੂੰ ਹੁਣ ਪੋਰਟਰੇਟ ਮੋਡ ਦੇ ਵਿੱਚ ਸਵਿਚ ਕਰਨ ਦੀ ਲੋੜ ਨਹੀਂ ਪੈਣੀ ਦੂਜਾ ਇਹ ਆ ਕਿ ਭਾਈ ਕਦੇ ਤੁਸੀਂ ਫੋਟੋ ਖਿੱਚ ਲਈਏ ਤੇ ਫੋਕਸ ਵੀ ਚੇਂਜ ਕਰ ਸਕਦੇ ਹੋ ਮੰਨ ਲਓ ਕਿ ਦੋ ਪਰਸਨ ਆ ਤੁਹਾਡੀ ਸਕਰੀਨ ਦੇ ਵਿੱਚ ਆਪਣੇ ਤੋਂ ਫੋਕਸ ਹਟਾ ਕੇ ਆਪਣੇ ਰਿਸ਼ਤੇਦਾਰ ਜਾਂ ਆਪਣੇ ਸੱਜਣ ਮਿੱਤਰ ਦੇ ਉੱਪਰ ਵੀ ਫੋਕਸ ਕਰ ਸਕਦੇ ਹੋ ਇਹ ਜਿਹੜੇ ਫੀਚਰ ਆ ਕੈਮਰੇ ਦੇ ਵਿੱਚ ਨਵੇਂ ਤੁਹਾਨੂੰ ਦੇਖਣ ਨੂੰ ਮਿਲਣਗੇ ਤੀਸਰਾ ਕੈਮਰਾ ਤੇ ਭਾਵੇਂ ਇਹਦੇ ਵਿੱਚ ਨਹੀਂ ਆਗਾ ਪਰ ਟੈਲੀ ਫੋਟੋ ਦੇ ਵਿੱਚ 2x ਤੱਕ ਤੁਸੀਂ ਜਿਹੜਾ ਆ ਇਹ ਫੀਚਰ ਯੂਜ਼ ਕਰ ਸਕਦੇ ਹੋ ਜਿਹੜਾ ਇਹਦਾ ਆਪਟੀਕਲ ਲੈਂਸ ਆ ਤੁਸੀਂ 2x ਤੱਕ ਯੂਮ ਕਰ ਸਕਦੇ ਹੋ ਪ੍ਰੋਸੈਸਰ ਦੀ ਗੱਲ ਕਰੀਏ ਤੇ ਜਿਹੜਾ ਤੁਹਾਨੂੰ ਆਈਫੋਨ 14 ਪ੍ਰੋ ਦੀ ਸੀਰੀਜ਼ ਦੇ ਵਿੱਚ ਮਿਲਦਾ ਸੀ A16 ਬਾਈਕੋਨਿਕ ਚਿਪ ਉਹ ਹੁਣ ਤੁਹਾਨੂੰ ਆਈਫੋਨ 15 ਤੇ 15 ਪਲੱਸ ਦੇ ਵਿੱਚ ਮਿਲੂਗਾ ਪੰਜ ਕੋਰੀ ਈਪਯੂ ਤੇ 6 ਕੋਰ ਸੀਪੀਯੂ ਇਹਦੇ ਵਿੱਚ ਯੂਜ਼ ਕੀਤਾ ਗਿਆ ਐਪਲ ਵਾਲੇ ਕਹਿੰਦੇ ਆ ਕਿ ਗੇਮਾਂ ਗੋਮਾਂ ਖੇਡਣ ਨੂੰ ਇਹ ਭਾਈ ਬਹੁਤ ਵਧੀਆ ਤੇ ਇਹ ਇਕ ਤਾਂ ਜਿਹੜਾ ਬੈਟਰੀ ਉਹ ਘੱਟ ਖਾਊਗਾ ਤੇ ਪਰਫਾਰਮੈਂਸ ਤੁਹਾਨੂੰ ਜਿਹੜੀ ਹੈ ਜ਼ਿਆਦਾ ਦੇਊਗਾ ਐਪਲ ਵਾਲੇ ਕਹਿੰਦੇ ਆ ਕਿ ਆਈਫੋਨ 15 ਪਲੱਸ ਦੀ ਬੈਟਰੀ ਲਾਈਫ ਵੀ ਜ਼ਿਆਦਾ ਆ ਆਈਫੋਨ 15 ਦੇ ਵਿੱਚ ਇੱਕ ਨਵਾਂ ਫੀਚਰ ਐਡ ਕੀਤਾ ਕਿ ਲੋਕੇਸ਼ਨ ਫਾਈਂਡਿੰਗ ਤੁਹਾਨੂੰ ਜਿਹੜੀ ਹੈ ਹੋਰ ਪ੍ਰੈਸੀਜਨ ਦੇ ਨਾਲ ਮਿਲੇਗੀ ਮਤਲਬ ਕਿ ਹੁਣ ਤੁਹਾਨੂੰ ਦੱਸ ਦੇਗਾ ਕਿ ਤੁਸੀਂ ਜਿਹੜੀ ਉਸ ਲੋਕੇਸ਼ਨ ਤੇ ਹੋ ਉਹ ਇੰਨੇ ਫੁੱਟ ਦੂਰ ਆ ਤੇ ਬਿਲਕੁਲ ਤੁਹਾਨੂੰ ਉਸੇ ਜਗ੍ਹਾ ਦੇ ਉੱਪਰ ਜਿੱਥੇ ਉਹ ਬੰਦਾ ਖੜਾ ਆ ਇਹ ਜਿਹੜਾ ਫੀਚਰ ਆ ਤੁਹਾਨੂੰ ਉੱਥੇ ਲੈ ਕੇ ਚਲਿਆ ਜਾਏਗਾ ਆਈਫੋਨ ਵਾਲੇ ਕਹਿੰਦੇ ਕਿ ਮੰਨ ਲਓ ਤੁਸੀਂ ਸ਼ੋਰ ਸ਼ਰਾਬੇ ਵਾਲੇ ਖੇਤਰ 'ਚ ਖੜੇ ਹੋ ਤੇ ਤੁਹਾਨੂੰ ਕਿਸੇ ਤੁਹਾਡੇ ਖਾਸ ਦਾ ਫੋਨ ਆ ਗਿਆ ਤੇ ਗੱਲ ਜਿਹੜੀ ਉਹਨੂੰ ਤੁਹਾਡੀ ਨਹੀਂ ਸੁਣ ਰਹੀ ਤਾਂ ਤੁਸੀਂ ਇਧਰੋਂ ਵਾਇਸ ਆਈਸੋਲੇਸ਼ਨ ਦਾ ਫੀਚਰ ਯੂਜ਼ ਕਰੋ ਤੇ ਬਿਲਕੁਲ ਜਿਹੜੀ ਡਿਸਟਰਬੈਂਸ ਹੋ ਘਟ ਜਾਵੇਗੀ ਤੇ ਦੂਜੇ ਪਾਸੇ ਜਿਹੜੀ ਵਾਇਜ਼ ਆਣਾ ਉਹ ਉਹ ਬੰਦੇ ਨੂੰ ਤੁਹਾਡੀ ਸਾਫ਼ ਸੁਣੂਗਾ ਫੀਚਰ ਜਿਹੜੇ ਆ ਕਾਫੀ ਆਈਫੋਨ 14 ਦੀ ਸੀਰੀਜ਼ ਦੇ ਨਾਲੋਂ ਉਹਨਾਂ ਨੇ ਵਾਦ ਕੇ ਪੇਸ਼ ਕੀਤੇ ਇੱਕ ਫੀਚਰ ਇਹਨਾਂ ਨੇ ਹੋਰ ਐਡ ਕਰਤਾ ਕਿ ਮੰਨ ਲਓ ਤੁਸੀਂ ਕਿਤੇ ਫਸ ਗਏ ਹੋ ਨਾ ਤੁਹਾਡੇ ਰੇਂਜ ਆਉਂਦੀ ਹੈ ਤੇ ਨਾ ਹੀ ਤੁਹਾਡੇ ਕੋਲੇ ਵਾਈਫਾਈ ਆ ਤਾਂ ਤੁਸੀਂ ਐਸਓਐਸ ਵਾਇਆ ਸੈਟੇਲਾਈਟ ਇਹ ਫੀਚਰ ਯੂਜ਼ ਕਰ ਸਕਦੇ ਹੋ ਤੇ ਸਿੱਧਾ ਤੁਹਾਨੂੰ ਉਸ ਸੈਟੇਲਾਈਟ ਦੇ ਨਾਲ ਕਨੈਕਟ ਕਰ ਦੇਗਾ ਪਰ ਫਿਲਹਾਲ ਇਹ ਜਿਹੜਾ ਫੀਚਰ ਆ ਇਹ ਯੂਐਸਏ ਦੇ ਵਿੱਚ ਹੀ ਆ ਸਭ ਤੋਂ ਵੱਡਾ ਬਦਲਾਅ ਜਿਹੜਾ ਨਾ ਉਹ ਉਹਨਾਂ ਨੇ ਹੁਣ ਕੀਤਾ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਬਣ ਗਈ ਭਾਈ ਉਹਨਾਂ ਨੇ ਯੂਐਸਬੀ ਸੀ ਪੋਰਟ ਜਿਹੜਾ ਉਹਨਾਂ ਨੇ ਇਸ ਵਾਰੀ ਉਹ ਲੈ ਕੇ ਆਇਆ ਲਾਈਟਨਿੰਗ ਕੇਬਲ ਦੀ ਜਗ੍ਹਾ ਹੁਣ ਤੁਸੀਂ ਯੂਐਸਬੀ ਕੇਬਲ ਜਿਹੜੀ ਆ ਨਾ ਉਹ ਯੂਜ਼ ਕਰ ਸਕਦੇ ਹੋ ਆਈਫੋਨ 15 ਤੇ 15 ਪਲੱਸ ਦੇ ਵਿੱਚ ਤੁਹਾਨੂੰ ਯੂਐਸਬੀ ਸੀ ਜਿਹੜੀ ਹੈ 2.0 ਦੇਖਣ ਨੂੰ ਮਿਲੇਗੀ ਪਰਫਾਰਮੈਂਸ ਤੇ ਡਾਟਾ ਟਰਾਂਸਫਰ ਸਪੀਡ ਜਿਹੜੀ ਆ ਇਹਦੇ ਵਿੱਚ ਸੇਮ ਹੀ ਰਹੇਗੀ ਜਿਹੜੀ ਤੁਹਾਨੂੰ ਆਈਫੋਨ ਦੀ ਲਾਈਟਨਿੰਗ ਕੇਬਲ ਦੇ ਨਾਲ ਮਿਲਦੀ ਆ ਬਾਕੀ ਇਹਦਾ ਇਹ ਸੌਖ ਹੋ ਗਿਆ ਵੀ ਮੈਕਬੁੱਕ ਹੋ ਗਿਆ ਆਈਪੈਡ ਹੋ ਗਿਆ ਆਈਫੋਨ ਹੋ ਗਿਆ ਇਹ ਤੁਸੀਂ ਜਿਹੜੇ ਆ ਇੱਕੋ ਕੇਬਲ ਦੇ ਨਾਲ ਹੁਣ ਚਾਰਜ ਕਰ ਸਕਦੇ ਹੋ ਤੇ ਦੂਜਾ ਫੀਚਰ ਇਹ ਵੀ ਉਹਨਾਂ ਨੇ ਐਡ ਕੀਤਾ ਕਿ ਮੰਨ ਲਓ ਤੁਹਾਡੇ ਏਅਰਪੋਰਟਸ ਦੀ ਤੇ ਤੁਹਾਡੀ ਵਾਚ ਦੀ ਜਿਹੜੀ ਆ ਉਹ ਬੈਟਰੀ ਕੱਢ ਗਿਆ ਤਾਂ ਤੁਸੀਂ ਸਿੱਧਾ ਕੇਬਲ ਲਾ ਕੇ ਫੋਨ ਤੋਂ ਡਾਇਰੈਕਟ ਚਾਰਜ ਕਰ ਸਕਦੇ ਹੋ ਹੁਣ ਥੋੜਾ ਜਿਹਾ ਉੱਪਰ ਨੂੰ ਉੱਠ ਕੇ ਆਈਏ ਤੇ ਆਈਫੋਨ 15 ਪ੍ਰੋ ਦੀ ਸੀਰੀਜ਼ ਦੇ ਉੱਪਰ ਆਉਨੇ ਆ ਜਿਹੜੇ ਫੀਚਰ ਇਹਨਾਂ ਨੇ ਆਈਫੋਨ 15 ਤੇ 15 ਪਲੱਸ ਦੇ ਵਿੱਚ ਦਿੱਤੇ ਹਨ ਇਸ ਤੋਂ ਇਲਾਵਾ ਇਹਨਾਂ ਨੇ ਕੁਝ ਹੋਰ ਫੀਚਰ ਵੀ ਐਡ ਕੀਤੇ ਆ ਪਹਿਲਾ ਸਭ ਤੋਂ ਵੱਡਾ ਬਦਲਾਅ ਕੀਤਾ ਕਿ ਇਹਨਾਂ ਨੇ ਟਾਈਟੇਨੀਅਮ ਡਿਜ਼ਾਈਨ ਯੂਜ਼ ਕੀਤਾ ਸਭ ਤੋਂ ਵੱਡਾ ਇਹਦਾ ਐਡਵਾਂਟੇਜ ਇਹ ਆ ਇੱਕ ਤਾਂ ਇਹ ਲਾਈਟ ਵੇਟ ਆ ਦੂਸਰਾ ਇਹ ਸਟਰੋਂਗ ਆ ਡਿਊਰੇਬਲ ਆ ਭਾਈ ਹੰਡਣਸਾਰ ਆ ਦੂਜਾ ਕੀ ਇਹ ਜਿੱਦਾਂ ਆਈਫੋਨ ਦੇ ਵਿੱਚ ਸਾਈਡ ਦੇ ਉੱਪਰ ਸਕ੍ਰੈਚ ਜੇ ਪੈ ਜਾਂਦੇ ਹਨਾ ਉਹ ਹੁਣ ਤੁਹਾਨੂੰ ਇਹ ਜਿਹੜੇ ਸਕ੍ਰੈਚ ਵਗੈਰਾ ਇਹ ਨਹੀਂ ਦਿਖਣਗੇ ਜਿਹੜੇ ਬਾਰਡਰ ਹਨਾ ਫੋਨ ਦੇ ਇਹਨਾਂ ਨੇ ਹੋਰ ਪਤਲੇ ਕਰਤੇ ਆ ਤੇ ਨਾਲ ਦੀ ਨਾਲ ਉਹ ਸਿਰਮਿਕ ਸ਼ੀਲਡ ਵਾਲਾ ਗਲਾਸ ਤੇ ਉਹ ਕਹਿ ਰਿਹਾ ਕਿ ਇਹ ਭਾਈ ਆਪਣਾ ਸਭ ਤੋਂ ਮਜ਼ਬੂਤ ਆ ਇਹ ਹੋਰ ਕੋਈ ਸਮਾਰਟਫੋਨ ਵਰਤਦਾ ਨਹੀਂ ਤੇ ਇਹਦੇ ਵਿੱਚ ਸਾਡੀ ਜਿਹੜੀ ਬੱਲੇ ਬੱਲੇ ਆ ਸਾਈਜ਼ ਜਿਹੜੇ ਇਹ ਵੀ ਉਹੀ ਸੇਮ ਦੇ ਵਿੱਚ ਮਿਲਦਾ 6.1 ਇੰਚ ਜਿਹੜਾ ਸਾਈਜ਼ ਆ ਮਿਲੇਗਾ ਆਈਫੋਨ 15 ਪ੍ਰੋ ਦਾ ਤੇ 6.7 ਇੰਚ ਜਿਹੜਾ ਸਾਈਜ਼ ਆ ਉਹ ਤੁਹਾਨੂੰ ਮਿਲੇਗਾ ਆਈਫੋਨ 15 ਪ੍ਰੋ ਮੈਕਸ ਦੇ ਵਿੱਚ ਹੁਣ ਪ੍ਰੋ ਸੀਰੀਜ਼ ਦੇ ਵਿੱਚ ਇੱਕ ਹੋਰ ਸੱਪ ਕੱਢ ਲਿਆ ਆ ਪਹਿਲੇ ਫੋਨਾਂ ਦੇ ਵਿੱਚ ਤੁਸੀਂ ਵੇਖਿਆ ਹੋਣਾ ਕਿ ਉਹ ਬਟਨ ਜਿਹੜਾ ਲੱਗਾ ਸੀ ਤਾਂ ਠਾਂ ਠਾਂ ਕਰਨ ਨੂੰ ਜਿਹਦੇ ਵਿੱਚੋਂ ਸਾਇਲੈਂਟ ਹੋ ਜਾਂਦਾ ਸੀ ਤੇ ਉਹ ਰਿੰਗ ਵਾਲਾ ਆਪਸ਼ਨ ਆ ਜਾਂਦਾ ਸੀ ਹੁਣ ਇਹਦੀ ਜਗ੍ਹਾ ਆ ਗਿਆ ਐਕਸ਼ਨ ਬਟਨ ਇਹ ਐਕਸ਼ਨ ਬਟਨ ਕਹਿੰਦੇ ਬੜਾ ਕਮਾਲ ਦਾ ਨਾਲ ਦੀ ਨਾਲ ਰਿੰਗ ਸਾਇਲੈਂਟ ਤੇ ਆਪਸ਼ਨ ਕਰਦਾ ਹੀ ਕਰਦਾ ਪਰ ਨਾਲ ਦੀ ਨਾਲ ਤੁਸੀਂ ਇਹ ਤੋਂ ਕੈਮਰੇ ਵਾਲੇ ਆਪਸ਼ਨ ਤੇ ਜਾ ਸਕਦੇ ਹੋ ਸਟਾਪਵਾਚ ਤੇ ਜਾ ਸਕਦੇ ਹੋ ਡਾਰਕ ਮੋਡ ਤੇ ਹੋਰ ਜਿੰਨੇ ਵੀ ਫੀਚਰ ਆ ਬਾਕੀ ਤੁਸੀਂ ਜਿਹੜਾ ਆਪਣਾ ਕਸਟਮ ਸ਼ਾਰਟਕਟ ਆ ਉਹ ਵੀ ਸਿਲੈਕਟ ਕਰ ਸਕਦੇ ਹੋ ਐਪ ਦੇ ਉੱਪਰ ਜਾ ਸਕਦੇ ਹੋ ਕੁੱਲ ਮਿਲਾ ਕੇ ਕਹਿੰਦੇ ਕਿ ਕਾਫੀ ਜਿਹੜਾ ਯੂਜ਼ ਆ ਤੁਸੀਂ ਇਸ ਬਟਨ ਤੋਂ ਆਈਫੋਨ 15 ਪ੍ਰੋ ਤੇ 15 ਪ੍ਰੋ ਮੈਕਸ ਦੇ ਵਿੱਚ ਕਰ ਸਕਦੇ ਹੋ ਪ੍ਰੋਸੈਸਰ ਇਹਦਾ ਜਿਹੜਾ ਸੀ ਉਹ ਸਿੱਧਾ ਛਾਲ ਮਾਰ ਕੇ A70 ਪ੍ਰੋ ਤੇ ਚੱਲਿਆ ਗਿਆ ਕਹਿੰਦੇ ਜਿਹੜਾ ਪ੍ਰੋਸੈਸਰ ਆਣਾ ਇਹ ਇੰਡਸਟਰੀ ਦੀ ਪਹਿਲੀ 3 ਨੈਨੋਮੀਟਰ ਚਿਪ ਆ ਇਤੋਂ ਪਹਿਲਾਂ ਕਿਸੇ ਫੋਨਾਂ ਵਾਲਿਆਂ ਨੇ ਯੂਜ਼ਾਜ ਨਹੀਂ ਕੀਤੀ ਏ ਇਹ ਸਿਰਫ ਕਹਿੰਦੇ ਐਪਲ ਵਾਲੇ ਕਹਿੰਦੇ ਵੀ ਭਾਈ ਆਪਾਂ ਨੂੰ ਇਸ ਭਾਗ ਪ੍ਰਾਪਤ ਹੋਇਆ ਇਹ ਕੰਮ ਕਰਨ ਦਾ ਤੇ ਨਾਲ ਦੀ ਨਾਲ ਇਹਦੇ ਵਿੱਚ 6 ਕੋਰ CPU ਤੇ 6 ਕੋਰ GPU ਤੇ ਇਨਹਾਂਸ ਜਿਹੜਾ ਨਿਊਰਲ ਇੰਜਨ ਆ ਉਹ ਸਿਸਟਮ ਯੂਜ਼ ਕੀਤਾ ਗਿਆ ਤੇ ਜਿਹੜਾ ਨਿਊਰਲ ਇੰਜਨ ਆ ਉਹ ਕਹਿੰਦੇ ਭਾਈ ਇਹਦੇ ਨਾਲ 2 ਗੁਣਾ ਹੋਰ ਫਾਸਟ ਹੋ ਗਿਆ ਤੇ ਐਪਲ ਵਾਲੇ ਕਹਿੰਦੇ ਵੀ ਮੁੱਕ ਦੀ ਗੱਲ ਇਹ ਆ ਮੋਟੀ ਮੋਟੀ ਵੀ ਇਹ ਪ੍ਰੋਸੈਸਰ ਦਾ ਕਿਸੇ ਦੇ ਕੋਲੇ ਵੀ ਕੋਈ ਮੈਚ ਹੈ ਨਹੀਂ ਜੀ USB ਜਿਹੜਾ ਸੀਪੋਰਟ ਸੀ ਉਹ ਤੇ ਇਹਦੇ ਵਿੱਚ ਯੂਜ਼ ਕੀਤਾ ਕੀਤਾ ਪਰ ਇਹਦੇ ਵਿੱਚ ਇਨਹਾਂਸ ਕਰਤਾ ਇਹਦੇ ਵਿੱਚ ਜਿਹੜੀ ਕੇਬਲ ਆ USB 3.0 ਕੇਬਲ ਤੁਸੀਂ ਯੂਜ਼ ਕਰ ਸਕਦੇ ਹੋ ਇਹਦਾ ਫਾਇਦਾ ਇਹ ਹੈ ਕਿ ਡਾਟਾ ਟਰਾਂਸਫਰ ਜਿਹੜੀ ਸਪੀਡ ਆ ਉਹ ਵੀ ਵਧ ਜਾਂਦੀ ਆ ਦੂਸਰਾ ਇਹਦਾ ਇਹ ਆ ਕਿ ਡਾਟਾ ਟਰਾਂਸਫਰ ਹੋਣ ਕਰਨਾ ਸੌਖਾ ਆ ਗਿਆ ਤੁਹਾਨੂੰ ਹੁਣ 에ਅਰਡ੍ਰੌਪ ਦੀ ਆਪਸ਼ਨ ਦੀ ਲੋੜ ਨਹੀਂ ਪੈਣੀ ਕਹਿੰਦੇ ਪ੍ਰੋਸੈਸਰ ਦਾ ਇਹ ਫਾਇਦਾ ਜਿਹੜੀਆਂ ਵੱਡੀਆਂ ਵੱਡੀਆਂ ਡੈਸਕਟਾਪ ਗੇਮਾਂ ਤੁਸੀਂ ਵੱਡੇ ਵੱਡੇ ਗ੍ਰਾਫਿਕ ਕਾਰਡ ਦੇ ਨਾਲ ਖੇੜਦੇ ਸੀ ਨਾ ਉਹ ਹੁਣ ਤੁਹਾਨੂੰ ਆਈਫੋਨ 15 ਪ੍ਰੋ ਮੈਕਸ ਦੇ ਵਿੱਚ ਤੁਹਾਨੂੰ ਖੇਡਣ ਨੂੰ ਮਿਲ ਗੀਆਂ ਕੋਈ ਵੀ ਪਰਫਾਰਮੈਂਸ ਦੇ ਵਿੱਚ ਤੁਹਾਨੂੰ ਜਿਹੜਾ ਨਾ ਗਲਿਚ ਜਾਂ ਨਜ਼ਰ ਨਹੀਂ ਆਏਗਾ ਫੋਟੋ ਖਿੱਚਣ ਦੇ ਮਾਮਲੇ 'ਚ ਫੋਨ ਨੂੰ ਥੋੜਾ ਜਿਹਾ ਹੋਰ ਵਧੀਆ ਕੀਤਾ ਗਿਆ 48 ਮੈਗਾ ਪਿਕਸਲ ਮੇਨ 12 ਮੈਗਾਪਿਕਸਲ ਜਿਹੜਾ ਦੂਸਰਾ ਵਾਈਡ ਐਂਗਲ ਕੈਮਰਾ ਤੇ 12 ਮੈਗਾਪਿਕਸਲ ਹੀ ਇਹਨਾਂ ਨੇ ਟੈਲੀਫੋਟੋ ਕੈਮਰਾ ਜਿਹੜਾ ਆ ਉਹ ਲੈਂਸ ਯੂਜ਼ ਕੀਤਾ ਆ 15 Pro ਦੇ ਵਿੱਚ ਤੁਸੀਂ 3x ਤੱਕ ਜਿਹੜਾ ਆਪਟੀਕਲ ਲੈਂਸ ਆ ਉਹਨੂੰ ਯੂਮ ਕਰ ਸਕਦੇ ਹੋ ਤੇ ਇਹਦੀ ਜਿਹੜੀ ਫੋਕਲ ਲੈਂਥ ਬਣਦੀ ਆ ਉਹ ਲਗਭਗ 77 ਮਿਲੀਮੀਟਰ ਤੱਕ ਜਾਂਦੀ ਆ ਤੇ 15 Pro Max ਦੇ ਵਿੱਚ ਤੁਸੀਂ ਆਪਟੀਕਲ ਲੈਂਸ ਜਿਹੜਾ ਆ 5x ਤੱਕ ਯੂਮ ਕਰ ਸਕਦੇ ਹੋ ਇਹਦੀ ਜਿਹੜੀ ਫੋਕਲ ਲੈਂਥ ਬਣਦੀ ਆ 120 mm ਤੱਕ ਬਣਦੀ ਆ ਮਤਲਬ ਉਹ Apple ਵਾਲੇ ਤੇ ਕਹਿੰਦੇ ਆ ਕਿ ਭਾਈ ਉਹ ਕੈਮਰਿਆਂ ਵਾਲਾ ਤੁਸੀਂ ਜਿਹੜਾ ਲੈਂਸ ਆ ਯੂਜ਼ ਕਰਦੇ ਹੋ ਨਾ ਔਲ ਆਉਣ ਦੀ ਲੋੜ ਨਹੀਂ ਪਰ ਇਹ ਐਪਲ ਵਾਲੇ ਕਹਿੰਦੇ ਆ ਜਿਨ੍ਹਾਂ ਨੂੰ ਫੋਟੋਗ੍ਰਾਫੀ ਦਾ ਸ਼ੌਂਕ ਆ ਉਹਨਾਂ ਨੂੰ ਪਤਾ ਆ ਕਿ ਲੈਂਸ ਦੀ ਕੀ ਜ਼ਰੂਰਤ ਹੁੰਦੀ ਆ ਕਹਿੰਦੇ ਕਿ 14 Pro ਤੇ 14 Pro Max ਦੇ ਨਾਲੋਂ 25% ਜਿਹੜਾ ਲਾਰਜਰ ਸੈਂਸਰ ਆ ਉਹ ਇਹਦੇ ਵਿੱਚ ਯੂਜ਼ ਕੀਤਾ ਗਿਆ ਹੁਣ ਪਹਿਲਾਂ ਕੀ ਸੀ ਕਿ ਤੁਸੀਂ 4K ਜਿਹੜੀ ਵੀਡੀਓ ਸੀ ਉਹ 30 ਫਰੇਮ ਪਰ ਸੈਕਿੰਡ ਦੇ ਉੱਪਰ ਸ਼ੂਟ ਕਰ ਸਕਦੇ ਸੀ ਹੁਣ ਇਹਨਾਂ ਨੇ ਥੋੜਾ ਜਿਹਾ ਹੋਰ ਅਨਾਉਂਸ ਕਰਕੇ ਉਹਨੂੰ 60 ਫਰੇਮ ਪਰ ਸੈਕਿੰਡ ਤੇ ਕਰਤਾ ਤੇ ਹੁਣ ਇਹ ਆ ਕਿ ਤੁਸੀਂ ਜਿਹੜੀ ਵੀਡੀਓ ਆ ਨਾ ਉਹ ਸਿੱਧੀ ਸ਼ੂਟ ਕਰਕੇ ਤੇ ਰਿਕਾਰਡ ਉਹਨੂੰ ਸਿੱਧਾ ਹੀ ਤੁਸੀਂ SSD ਦੇ ਵਿੱਚ ਕਰ ਸਕਦੇ ਹੋ USB ਦੇ ਨਾਲ ਤੁਸੀਂ SSD ਕਨੈਕਟ ਕਰੋ ਤੇ ਜਿਹੜੀ ਵੀਡੀਓ ਰਿਕਾਰਡਿੰਗ ਆ ਉਹ ਸਿੱਧੀ SSD ਦੇ ਵਿੱਚ ਸਟੋਰ ਕਰ ਸਕਦੇ ਹੋ ਕੰਮ ਇਸ ਵਾਰੀ ਜਿਹੜਾ ਇਹਨਾਂ ਨੇ ਇਹ ਵੱਡਾ ਕਰਕੇ ਵਿਖਾਇਆ ਇਹ ਮੋٹے ਮੋٹے ਫੀਚਰ ਜਿਹੜੇ ਇਹਨਾਂ ਨੇ ਵਰਤੇ ਆ ਤੇ ਭਾਈ ਹੁਣ ਆਪਾਂ ਕਰੀਏ ਨਾ ਜੇ ਪ੍ਰਾਈਸ ਦੀ ਗੱਲ ਤੇ ਇਹ ਪ੍ਰਾਈਸ ਜਿਹੜਾ ਨਾ ਥੋੜਾ ਆ ਜਾਂ ਇਹਨਾਂ ਨੇ ਚੋਕੇ ਰੱਖਿਆ ਰੇਟ ਜਿਹੜਾ 15 ਤੇ 15 ਪਲੱਸ ਦਾ ਇਹ ਇਹਨਾਂ ਨੇ ਆਲਮੋਸਟ ਸੇਮ ਹੀ ਰੱਖਿਆ ਜਿਹੜਾ ਪਹਿਲਾ ਸੀ ਕਿਉਂਕਿ ਇਹ ਦੋਵੇਂ ਜਿਹੜੇ ਆ ਇਹ ਮੇਡ ਇਨ ਇੰਡੀਆ ਹੋਣਗੇ ਤੇ 15 Pro ਤੇ 15 Pro Max ਇਹਦਾ ਰੇਟ ਜਿਹੜਾ ਆ ਇਹਨਾਂ ਨੇ ਮਤਲਬ ਕਾਫੀ ਚੱਕ ਕੇ ਰੱਖਿਆ ਕਹਿੰਦੇ ਵੀ ਅਸੀਂ ਚੀਜ਼ ਵਧੀਆ ਬਣਾਈਆਂ ਤੇ ਰੇਟ ਜਿਹੜਾ ਇਹਦਾ ਚੱਕ ਕੇ ਲਾਉਣਾ ਆਈਫੋਨ 15 ਤੇ ਆਈਫੋਨ 15 ਪਲੱਸ ਆਣਾ ਇਹਦੀ ਜਿਹੜੀ ਕੀਮਤ ਆ ਆਈਫੋਨ 15 ਦੀ 80 ਹਜ਼ਾਰ ਆ ਤੇ ਆਈਫੋਨ 15 ਪਲੱਸ ਦੀ 90 ਹਜ਼ਾਰ ਆ ਜਿਹੜੀ ਮੇਨ ਸ਼ਾਲ ਮਾਰੀ ਆ ਨੇ ਇਹਨਾਂ ਨੇ ਉਹ ਮਾਰੀ ਆ 15 Pro ਦੇ ਵਿੱਚ ਉਹ ਤੁਹਾਨੂੰ ਮਿਲੇਗਾ 1 ਲੱਖ 39 ਹਜ਼ਾਰ ਦੇ ਕਰੀਬ ਕਰੀਬ ਤੇ 15 Pro Max ਤੁਹਾਨੂੰ ਮਿਲੇਗਾ 1,50,000 ਦਾ ਮਤਲਬ 20,000 ਰੁਪਏ ਸਿੱਧਾ ਹੀ ਇਹਨਾਂ ਨੇ ਜਿਹੜੀ ਉਹ ਛਾਲ ਮਰਵਾਤੀ ਤੇ 15 Pro Max ਜਿਹੜਾ ਤੁਹਾਨੂੰ ਇਹਦਾ بیس ਵੇਰੀਐਂਟ ਜਿਹੜਾ ਮਿਲਣਾ 256 GB ਮੈਮਰੀ ਦੇ ਨਾਲ ਮਿਲਣਾ ਤੇ ਜਿਹੜਾ ਇਹਦਾ 1 TB ਆ ਉਹ ਲਗਭਗ 2 ਲੱਖ ਦੇ ਕਰੀਬ ਚਲਿਆ ਜਾਂਦਾ ਐਨੇ ਰੇਟ ਦੇ ਵਿੱਚ ਉਹੀ ਬੰਦਾ ਫੋਨ ਲੈ ਸਕਦਾ ਜਿੱਦੀ ਪਹੁੰਚ ਪੈਂਦੀ ਆ ਤੇ ਤੁਸੀਂ ਕਮੈਂਟਾਂ ਦੇ ਵਿੱਚ ਦੱਸਿਓ ਕਿ ਕੌਣ ਕੌਣ ਆਈਫੋਨ ਦਾ ਪੱਕਾ ਫੈਨ ਆ ਤੇ ਜਿੰਨੇ ਫੋਨ ਲੈਣਾ ਤੁਸੀਂ ਜ਼ਰੂਰ ਦੱਸਿਓ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਧੰਨਵਾਦ